ਜਿੰਨੇ ਵੀ ਹੌਟਸਪੋਟਸ ਨੇ ਜਿੱਥੇ ਜਿੱਥੇ ਡਰੱਗਸ ਜ਼ਿਆਦਾ ਵੇਖਦਾ ਸੀ ਜਾਂ ਜਿੱਥੇ ਜਿੱਥੇ ਵੀ ਡਰੱਗਸ ਰਿਲੇਟਡ ਚਿੱਟੇ ਰਿਲੇਟਡ ਜਾਂ ਹੋਰ ਡਰੱਗਸ ਰਿਲੇਟਡ ਸ਼ਿਕਾਇਤਾਂ ਸੀਗੀਆਂ ਉੱਥੇ ਜਿੰਨੇ ਵੀ ਹੈਗੇ ਉਹਨਾਂ ਨੂੰ ਉਹਨਾਂ ਘਰਾਂ ਦੀ ਤਸਦੀਕ ਕਰਕੇ ਔਰ ਉਹਨਾਂ ਦੇ ਜਿਹੜਾ ਹੈਗਾ ਇਹ ਮਤਲਬ ਸਰਪ੍ਰਾਈਜ਼ ਚੈਕਿੰਗ ਜਿਹੜੀ ਉਹ ਕੀਤੀ ਜਾ ਰਹੀ ਆ ਤਾਂ ਕਿ ਮੈਕਸੀਮਮ ਰਿਕਵਰੀਜ਼ ਕੀਤੀਆਂ ਜਾ ਸਕਣ। ਜਿੰਨੇ ਵੀ ਇਹਨਾਂ ਦੇ ਵਹੀਕਲਸ ਨੇ ਉਹਨਾਂ ਨੂੰ ਕਾਊਂਟ ਫੋਰ ਕੀਤਾ ਜਾ ਸਕੇ, ਵੇਖਿਆ ਜਾ ਸਕੇ ਵੀ ਇਹ ਸਾਰੇ ਵਹੀਕਲਸ ਜਿਹੜੇ ਹੈਗੇ ਆ ਇਹ ਜਾਇਜ਼ ਆ ਜਾਂ ਨਜਾਇਜ਼ ਨੇ, ਉਹਨਾਂ ਦੀ ਵੀ ਤਸਦੀਕ ਕੀਤੀ ਜਾਊਗੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਅਤੇ ਮੈਂ ਬਲਵਿੰਦਰ ਸਿੰਘ। ਪੰਜਾਬ ਪੁਲਿਸ ਵੱਲੋਂ ਤੜਕਸਾਰ ਕੈਸ਼ ਓਪਰੇਸ਼ਨ ਚਲਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਕੈਸ਼ ਓਪਰੇਸ਼ਨ ਇਸ ਲਈ ਚਲਾਇਆ ਗਿਆ ਕਿ ਜੋ ਪੰਜਾਬ ਦੇ ਵਿੱਚ ਲੋਕ ਡਰੱਗ ਵੇਚਦੇ ਨੇ, ਜੋ ਹੋਟ ਸਪੋਟ ਨੇ ਜਿੱਥੇ ਡਰੱਗ ਸਭ ਤੋਂ ਵੱਧ ਵਿਕਦੀ ਹੈ, ਉਹਨਾਂ ਟਿਕਾਣਿਆਂ ਦੇ ਉੱਤੇ ਪੰਜਾਬ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਆ। ਮਾਮਲਾ ਬਠਿੰਡੇ ਤੋਂ ਸਾਹਮਣੇ ਆਇਆ। ਬਠਿੰਡੇ ਦੇ ਵਿੱਚ ਪੁਲਿਸ ਵੱਲੋਂ ਕੈਸ਼ ਓਪਰੇਸ਼ਨ ਚਲਾਇਆ ਗਿਆ ਅਤੇ ਨਸ਼ੇ ਤਸਕਰਾਂ ਦੇ ਘਰ ਵਿੱਚ ਫਰੋਲਾ ਫਰਾਲੀ ਕੀਤੀ ਜਾ ਰਹੀ ਹੈ, ਤਲਾਸ਼ੀ ਲਿੱਤੀ ਜਾ ਰਹੀ ਹੈ ਅਤੇ ਕਈਆਂ ਨੂੰ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਇਹਦੇ ਬਾਬਤ SSP ਸਾਹਿਬ ਦਾ ਕੀ ਕਹਿਣਾ, ਤੁਸੀਂ ਵੀ ਸੁਣੋ। ਵੱਖ ਥਾਵਾਂ 'ਤੇ ਅੱਜ ਕੈਸ਼ ਓਪਰੇਸ਼ਨ ਚਲਾਇਆ ਜਾ ਰਿਹਾ, ਇਹਦੇ ਵਿੱਚ ਕੋਡਨ ਐਂਡ ਸਰਚ ਕੀਤਾ ਜਾ ਰਿਹਾ ਬਠਿੰਡਾ ਪੁਲਿਸ ਵੱਲੋਂ। ਇੱਥੇ ਧੋਬੀਆਣਾ ਬਸਤੀ ਜੀ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਡਰੱਗਸ ਦੇ ਹੌਟਸਪੋਟ ਆ ਉੱਥੇ ਉੱਥੇ ਜਿਹੜਾ ਹੈਗਾ ਇਹ ਜਿਹੜਾ ਕੈਸ਼ ਓਪਰੇਸ਼ਨ ਆ ਉਹ ਗਸਟਡ ਅਫਸਰਾਂ ਦੀ ਜੇਰ ਨਿਗਰਾਨੀ ਕੀਤਾ ਜਾ ਰਿਹਾ ਔਰ ADGP ਸਾਹਿਬ ਬਠਿੰਡਾ ਰੇਂਜ ਵੀ ਇਸ ਨੂੰ ਪਰਸਨਲੀ ਸੁਪਰਵਾਈਜ਼ ਕਰ ਰਹੇ ਆ। ਮੈਂ ਖੁਦ ਵੀ ਆਪ ਵੀ ਇਹਨੂੰ ਸਾਰਾ ਜਿਹੜਾ ਹੈਗਾ ਵਾ ਆਪਣੀ ਲੀਡਰਸ਼ਿਪ ਥੱਲੇ ਇਹ ਸਾਰੇ ਕੈਸ਼ ਓਪਰੇਸ਼ਨ ਜਿਹੜੇ ਉਹ ਕਰਾਏ ਜਾ ਰਹੇ ਆ ਔਰ ਇਹਦੇ ਵਿੱਚ ਜਿੰਨੇ ਵੀ ਹੌਟਸਪੋਟਸ ਨੇ ਜਿੱਥੇ ਜਿੱਥੇ ਡਰੱਗਸ ਜ਼ਿਆਦਾ ਵੇਖਦਾ ਸੀ ਜਾਂ ਜਿੱਥੇ ਜਿੱਥੇ ਵੀ ਡਰੱਗਸ ਰਿਲੇਟਡ ਚਿੱਟੇ ਰਿਲੇਟਡ ਜਾਂ ਹੋਰ ਡਰੱਗਸ ਰਿਲੇਟਡ ਸ਼ਿਕਾਇਤਾਂ ਸੀਗੀਆਂ ਉੱਥੇ ਜਿੰਨੇ ਵੀ ਹੈਗੇ ਉਹਨਾਂ ਨੂੰ ਉਹਨਾਂ ਘਰਾਂ ਦੀ ਤਸਦੀਕ ਕਰਕੇ ਔਰ ਉਹਨਾਂ ਦੇ ਜਿਹੜਾ ਹੈਗਾ ਇਹ ਮਤਲਬ ਸਰਪ੍ਰਾਈਜ਼ ਚੈਕਿੰਗ ਜਿਹੜੀ ਉਹ ਕੀਤੀ ਜਾ ਰਹੀ ਆ ਤਾਂ ਕਿ ਮੈਕਸੀਮਮ ਰਿਕਵਰੀਜ਼ ਕੀਤੀਆਂ ਜਾ ਸਕਣ। ਹੋਰ ਜਿੰਨੇ ਵੀ ਇਹਨਾਂ ਦੇ ਵਹੀਕਲਸ ਨੇ ਉਹਨਾਂ ਨੂੰ ਕਾਊਂਟ ਫੋਰ ਕੀਤਾ ਜਾ ਸਕੇ, ਵੇਖਿਆ ਜਾ ਸਕੇ ਵੀ ਇਹ ਸਾਰੇ ਵਹੀਕਲਸ ਜਿਹੜੇ ਹੈਗੇ ਆ ਇਹ ਜਾਇਜ਼ ਆ ਜਾਂ ਨਜਾਇਜ਼ ਨੇ, ਉਹਨਾਂ ਦੀ ਵੀ ਤਸਦੀਕ ਕੀਤੀ ਜਾਊਗੀ। ਔਰ ਇਹ ਓਪਰੇਸ਼ਨ ਸਾਡਾ ਜਿਹੜਾ ਹੈ ਅੱਜ ਉੱਥੇ ਨਰਸਿੰਘ ਕਲੋਨੀ ਥਾਣਾ ਸੰਗਤ 'ਚ ਵੀ ਚੱਲ ਰਿਹਾ ਔਰ ਇਸ ਤੋਂ ਬਾਅਦ 2-3 ਹੋਰ ਹੌਟਸਪੋਟਸ ਜਿਹੜੇ ਡਿਸਟ੍ਰਿਕਟਸ ਦੇ ਹੈਗੇ ਆ ਉੱਥੇ ਸਾਰਾ ਦਿਨ ਜਿਹੜਾ ਹੈਗਾ ਇਹ ਕੈਸ਼ ਓਪਰੇਸ਼ਨ ਚਲਾਇਆ ਜਾਏ। ਜਿਵੇਂ ਤੁਸੀਂ ਸੁਣਿਆ SSP ਵੱਲੋਂ ਕਿਹਾ ਗਿਆ ਕਿ ਇਹਨਾਂ ਦੇ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ, ਘਰ ਦੀ ਚੈਕਿੰਗ ਕੀਤੀ ਜਾ ਰਹੀ, ਹੁਣ ਵੇਖਣਾ ਹੋਵੇਗਾ ਪੰਜਾਬ ਪੁਲਿਸ ਨੂੰ ਇਸ ਓਪਰੇਸ਼ਨ ਦੇ ਵਿੱਚੋਂ ਕੀ ਕੁਝ ਮਿਲਦਾ। ਕੈਮਰਾਮੈਨ ਜੌਨਸਨ ਦੇ ਨਾਲ ਮੈਂ ਬਲਵਿੰਦਰ ਸਿੰਘ, ਤੁਸੀਂ ਦੇਖਦੇ ਹੋ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ,
ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।